कोई शब्द नहीं आ, बाणी का शब्द है किरत करन, वह भी शब्द छोटा पैंदा आ। इहो जे नपुंसक ना बुद्धि वाले, बुद्धि भ्रिष्ट भी, बुद्धि भ्रिष्ट वाले ਕਿਹੜੀ ਇਹ ਨਾਲੇ ਸ਼ਹਿਰ ਦੀ ਅਮਨ ਸ਼ਾਂਤੀ ਭੰਗ ਕਰਨ ਲਈ, ਇਹ ਘਣਾਉਣਾ ਕੰਮ ਨਹੀਂ, ਇਹ ਸੋਚੀ ਸਮਝੀ ਸਾਜਿਸ਼ ਕਿਸੇ ਸ਼ੈਤਾਨ ਦੀ ਅੰਸਰ ਦੀ ਆ। ਕਿਹੜਾ ਖਾਸ ਕਰਕੇ ਨਾਲੇ ਕਸਬੇ ਦੀ ਗੱਲ ਕਰਨ ਲੱਗਾ, ਜਿੱਥੇ ਹਿੰਦੂ ਮੁਸਲਮਾਨ ਸਿੱਖ ਇਸਾਈ ਹਰ ਧਰਮ ਮਜ਼ਹਬ ਦਾ, ਮੁਸਲਮਾਨ ਵੀ ਸਾਡੇ ਨਾਲੇ ਰਹਿੰਦੇ ਆ। ਇਹ ਕਿ ਜਿੰਨੇ ਵੀ ਕੀਤੀ ਆ ਕੈਮਰੇ ਲੱਗੇ ਆ, ਮੈਂ ਪੁੱਛਦਾ ਪਿਆ ਪ੍ਰਧਾਨ ਜੀ ਨੇ ਸਾਹਿਬ, ਲਕੀਰ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਨੇ, ਕੈਮਰੇ ਲੱਗੇ ਨੇ, ਧੁੰਦ 'ਚ ਸਕੈਚ ਆਇਆ ਆ, ਜੇ ਉਹ ਸਕੈਚ ਪ੍ਰਸ਼ਾਸਨ ਦੀ ਮਦਦ ਨਾਲ ਜਾਂ ਕਿਸੇ ਦੇ ਬੁੱਧੀਜੀਵੀ ਦੀ ਮਦਦ ਨਾਲ ਪ੍ਰਸ਼ਾਸਨ ਵਿੱਚ ਸਾਨੂੰ ਸ਼ਕਲ ਆ ਜਾਂਦੀ ਆ, ਅਤੇ ਮੈਂ ਕਹਾਂਗਾ ਪ੍ਰਸ਼ਾਸਨ ਕੁਛ ਨਾ ਕਰੇ, ਇਸ ਚੌਂ 'ਚ ਖਿਲਾਰ ਕੇ ਇਹੋ ਜਿਹੇ ਨੂੰ ਨੰਗਾ ਕਰਕੇ ਇੱਕ ਛਿੱਤਰ ਮਾਰੇ ਜਾਣ, ਮੂੰਹ ਕਾਲਾ ਕੀਤਾ ਜਾਵੇ, ਅਤੇ ਖੋਤੇ ਨਾਲ ਜਿਹੜਾ ਵਾਲਾਂ ਨਾਲ ਧੋਇਆ ਜਾਵੇ, ਜਿਹੜਾ ਸਾਡੇ ਨਾਲੇ ਸ਼ਹਿਰ ਦੀ ਸ਼ਾਂਤੀ ਭੰਗ ਕਰਨੀ, ਇੰਨੀ ਘਿਨਾਉਣੀ ਹਰਕਤ ਕਿਹਨੇ ਕੀਤੀ ਆ। ਅਤੇ ਮੇਰਾ ਇਹ ਵੀ ਬੇਨਤੀ ਆ, ਖਾਸ ਕਰਕੇ ਨਾਲੇ ਸ਼ਹਿਰ ਨਿਵਾਸੀਆਂ ਨੂੰ, ਕਿ ਜਿਸ ਦਰ 'ਤੇ ਹੋਇਆ ਆ, ਉੱਥੇ ਕਿਸੇ ਦੀ ਸਿਫਾਰਿਸ਼ ਦੀ, ਕਿਸੇ ਦੇ ਹੁਕਮ ਦੀ, ਕਿਸੇ ਦੀ ਦਲੀਲ ਦੀ, ਅਪੀਲ ਦੀ ਲੋੜ ਨਹੀਂ ਆ। ਭਾਵੇਂ ਕਿਸੇ ਧਰਮ ਮਜ਼ਹਬ ਦਾ, ਬਗੈਰ ਥੰਮਾਂ ਤੋਂ ਖਲੋਤੀ ਉਹ ਸ਼ਕਤੀ, ਇੱਥੇ ਸਭ ਕੁਛ ਧਰਤੀ 'ਤੇ ਹੀ ਆ, ਕਰਮਾਂ ਦੀਆਂ ਖੇਡਾਂ ਨੇ ਸਾਰੀਆਂ, ਅਤੇ ਇਹ ਕਰਮ ਇੱਥੇ ਭੋਗਣੇ ਪੈਣੇ ਆ। ਸਜ਼ਾ ਜਿਹੜਾ ਦੇ ਆਪ ਕਿਹੜੇ ਇਸ਼ਟ ਨੂੰ ਵੀ ਮੰਨਦਾ, ਹਾ ਆਹ ਹਿੰਦੂ ਵੀ ਖਲੋਤੇ ਨੇ, ਸਿੱਖ ਵੀ ਖਲੋਤੇ ਨੇ, ਕ੍ਰਿਸਚਨ ਵੀ ਖਲੋਤੇ ਨੇ, ਸਾਰਿਆਂ ਦੇ ਹਿੰਦਰੇ ਵੁੜਲੇ ਗਏ ਨੇ। ਮੈਂ ਤਾਂ ਬੇਨਤੀ ਕਰਾਂਗਾ ਅਜਨਾਲੇ ਵਾਲਿਓ, ਅੱਗੇ ਵੀ ਤੁਸੀਂ ਕਈ ਤੱਤੀਆਂ ਰਾਤਾਂ, ਕਈ ਦੁੱਖ ਦੀਆਂ ਰਾਤਾਂ ਕੱਟੀਆਂ ਨੇ, ਇਸ ਘਰਾਉਣੀ ਹਰਕਤ ਤੋਂ ਆਪਣੇ ਭਾਈਚਾਰਾ ਨਾ, ਭਾਈਚਾਰੇ ਸਾਂਝ ਨਾ ਤੋੜਿਓ, ਇਹ ਗੰਦ ਨੂੰ ਪਕੜਿਓ, ਇਹ ਗੰਦ, ਇਹ ਜਿਹੜਾ ਅੱਜ ਗੰਦ ਫੜਿਆ ਇਹਨੂੰ ਕਾਬੂ ਕਰੀਏ, ਇਹ ਜਿਹੜਾ ਅੱਜ ਇਹ ਜਿਹੜਾ ਕਰਦਾ ਪਿਆ ਕੁਛ ਵੀ ਗਾਂ ਕਰ ਸਕਦਾ। ਅੱਗੇ ਵੀ ਆ ਮੰਦਰ 'ਚ, ਸ਼ਿਵ ਮੰਦਰ 'ਚ ਇਹ ਕੁਛ ਹੋਇਆ ਸੀ, ਹੁਣ ਇੱਥੇ ਹੋ ਗਿਆ ਆ। ਇਹ ਕਿਸੇ ਨੇ ਸ਼ੈਤਾਨੀ ਕੀਤੀ ਹੈ, ਕਿਸੇ ਸ਼ੈਤਾਨ ਨੇ, ਉਹਨੂੰ ਕਾਬੂ ਕਰੀਏ। ਅਤੇ ਹੱਥ ਜੋੜ ਕੇ ਅਪੀਲ ਕਰਦਾ ਪ੍ਰਸ਼ਾਸਨ ਨੂੰ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਹੜਾ ਵੀ ਕਸੂਰਵਾਰ ਆ, ਕਿਸੇ ਧਰਮ ਦਾ, ਕਿਸੇ ਮਜ਼ਹਬ ਦਾ, ਕਿਸੇ ਪਾਰਟੀ ਦਾ ਆ, ਕਿਸੇ ਨਾਲ ਵੀ ਹੈਗਾ, ਬਣਦੀ ਸਜ਼ਾ ਕਾਨੂੰਨ ਤੱਕ ਦੇ ਦਿਓ, ਅਤੇ ਨਹੀਂ ਤਾਂ ਜੇ ਸਾਡੀ ਸੰਗਤ ਦੇ ਟੇਟੇ ਚੜ੍ਹ ਗਿਆ, ਤੁਸੀਂ ਸਾਨੂੰ ਸਜ਼ਾ ਦੇ ਦਿਓ, ਅਸੀਂ ਉਹਨੂੰ ਸਜ਼ਾ ਦੇ ਦਾਂਗੇ। ਇਹ ਤੁਹਾਡੇ ਵੱਸ ਨਹੀਂ ਹੈ, ਇਹ ਇੱਥੇ ਇਲੈਕਸ਼ਨਾਂ ਦਾ ਮਾਹੌਲ ਆ, ਨਾਲੇ ਕਮੇਟੀ ਦੀ ਇਲੈਕਸ਼ਨ ਆ, ਰਾਜਨੀਤੀ ਨਾ ਕਰਿਓ, ਗੁਰੂ ਘਰ ਦੇ ਕਿਸੇ ਚੀਜ਼ ਨਾਲ ਵੀ ਗੁਰ ਧਰਮ ਉੱਚਾ ਤਾਂ ਸੋਚਾ ਆ। ਅੱਗੇ ਵੀ ਬੜਾ ਪੰਜਾਬ 'ਚ ਇਹ ਕੁਛ ਹੋਇਆ ਆ, ਕਈ ਐਵੇਂ ਇੱਕ ਦੂਜੇ ਦੇ ਦੂਸ਼ਣਬਾਜ਼ੀਆਂ ਆਪਾਂ ਕਰਦੇ ਹਾਂ, ਕਾਂਗਰਸੀ ਅਕਾਲੀ ਕਾਬ, ਹਰ ਇੱਕ ਕਹਿੰਦਾ ਮੈਂ ਸੱਚਾ, ਮੈਂ ਧੋਤਾ, ਮੈਂ ਦੁੱਧ ਧੋਤਾ, ਪਰ ਕਿਹੜੀ ਸੱਚਾਈ ਅਤੇ ਖੁਦਾਈ ਆ ਉਹ ਪਰਮਾਤਮਾ ਜਾਣਦਾ, ਸੰਗਤ ਜਾਣਦੀ ਆ। ਅਤੇ ਮੈਂ ਬੇਨਤੀ ਕਰਾਂ ਅੱਗੇ, ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਆ, ਸਰ ਮਲਕੀਤ ਸਿੰਘ ਨੂੰ, ਗੁਟਕਾ ਸਾਹਿਬ ਵੀ ਉਹਨਾਂ ਕੋਲ ਆ, ਉਹਨਾਂ ਦੀਆਂ ਜਿਹੜੀਆਂ ਫੋਟੋਆਂ ਵੀ ਲਈਆਂ ਇਹਨਾਂ ਨੇ, ਕਿਹੜੀ ਬਣਦੀ ਸਜ਼ਾ ਆ, ਜੇ ਕੋਈ ਕਸਰ ਰਹਿ ਗਈ ਅੱਡਾ ਵੀ ਜਾਮ ਕਰਾਂਗੇ ਅਤੇ ਚੌਂਕ ਵੀ ਜਾਮ ਕਰਾਂਗੇ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ। ਤਾਂ ਮੇਰਾ ਨਾਮ ਕੈਪਟਨ ਹਰਬੰਸ ਸਿੰਘ ਹੈ, ਮੈਂ ਆਰਮੀ ਰਿਟਾਇਰਡ ਅਫਸਰ ਹੈਗਾ, ਫੌਜ ਦੇ ਵਿੱਚ ਵੀ 32 ਸਾਲ ਨੌਕਰੀ ਕਰਨ ਤੋਂ ਬਾਅਦ ਦੇਸ਼ ਦੀ ਸੇਵਾ ਕੀਤੀ, ਮਤਲਬ ਅਤੇ ਉੱਥੋਂ ਰਿਟਾਇਰ ਹੋ ਕੇ ਆਏ ਹਾਂ, ਹੁਣ ਆਪਣੀ ਕਿਸਾਨੀ ਕਰ ਰਹੇ ਹਾਂ। ਕਿਸਾਨੀ ਦੇ ਉੱਤੇ ਜੋ ਵੱਡਾ ਬਹੁਤ ਜ਼ਿਆਦਾ ਸੰਕਟ ਆਇਆ ਹੈ ਸਾਡੀ ਸੈਂਟਰ ਸਰਕਾਰ ਦੀ ਵਜ੍ਹਾ ਨਾਲ, ਔਰ ਉਹਨਾਂ ਨੂੰ ਇਹ ਜਿੱਦ ਤੋਂ ਹਟਾਉਣ ਵਾਸਤੇ ਅਸੀਂ ਆਪਣੇ ਸਾਰੇ ਆਸ ਪਾਸ ਦੇ ਭੈਣ ਭਰਾਵਾਂ ਦੇ ਨਾਲ ਇਕੱਠੇ ਹੋ ਕੇ ਆਪਣਾ ਸਾਰਾ ਲਾਣਾ ਬਣਾ ਨਾਲ ਲੈ ਕੇ ਦਿੱਲੀ ਵੱਲ ਨੂੰ ਜਾ ਰਹੇ ਹਾਂ, ਔਰ 26 ਜਨਵਰੀ ਦਾ ਜੋ ਪਰੇਡ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਹਿੱਸਾ ਪਾਉਣ ਵਾਸਤੇ ਜਾ ਰਹੇ, ਕਿਉਂਕਿ 26 ਜਨਵਰੀ ਸਾਡੇ ਦੇਸ਼ ਦੀ ਆਜ਼ਾਦੀ ਦਾ ਦਿਨ ਹੈ, ਅਤੇ ਸਾਡਾ ਕਿਸਾਨਾਂ ਵਾਸਤੇ ਵੀ ਅਗਰ ਇਹ ਆਜ਼ਾਦੀ ਦਾ ਦਿਨ ਬਣ ਜਾਵੇ ਤਾਂ ਉਹਦੇ ਵਾਸਤੇ ਅਸੀਂ ਇੱਥੇ ਇਕੱਠੇ ਹੋ ਕੇ ਜਾ ਰਹੇ ਹਾਂ, ਉਸ ਦਿਨ ਨੂੰ ਕਾਮਯਾਬ ਕਰਨ ਵਾਸਤੇ ਜੋ ਕਾਨੂੰਨ ਲਾ ਸਾਡੇ ਉੱਤੇ ਥੋਪੀ ਜਾ ਰਹੇ ਹਨ, ਬਹੁਤ ਹੀ ਮਾੜੇ ਕਾਨੂੰਨ ਸਾਡੇ ਵਾਸਤੇ ਉਹ ਫਾਇਦੇਮੰਦ ਨਹੀਂ ਆ। ਗੌਰਮੈਂਟ ਇਹਨੂੰ ਜਾਣਦੇ ਬੁੱਝਦੇ ਵੀ ਸਾਡੇ ਉੱਤੇ ਲਗਾਤਾਰ ਮਤਲਬ ਥੋਪ ਰਹੀ ਹੈ, ਮਤਲਬ ਜ਼ਬਰਦਸਤੀ ਲਾਗੂ ਕਰਨ ਦਾ ਕੋਸ਼ਿਸ਼ ਕਰ ਰਹੀ ਹੈ। ਸੋ ਅਸੀਂ ਸਾਰੇ ਹੀ ਕਿਸਾਨ ਵੀਰ ਭੈਣ ਭਰਾ ਇਕੱਠੇ ਹੋ ਕੇ ਇਹਦੇ ਖਿਲਾਫ਼ ਖੜ੍ਹੇ ਹਾਂ। ਆਪਣਾ ਦੇਸ਼ ਤਾਂ ਕੀ, ਇੱਕ ਸਟੇਟ ਦਾ ਕੀ, ਮਤਲਬ ਸਾਰਾ ਦੇਸ਼ ਹੀ, ਪੂਰਾ ਇੰਡੀਆ, ਔਰ ਬਾਹਰਲੀਆਂ ਕੰਪਨੀਆਂ ਜਿੱਥੇ ਵੀ ਸਾਡੇ ਭਾਈ ਵਸ ਰਹੇ ਹਨ ਜਾਂ ਹੋਰ ਵੀ ਉਸ ਤੋਂ ਬਾਹਰ ਵੀ ਹੈਗੇ ਆ, ਦੂਜੇ ਦੇਸ਼ਾਂ ਦੇ ਲੀਡਰ ਵੀ ਇਹਦੀ ਸਪੋਰਟ ਕਰ ਰਹੇ ਆ, ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹਦੇ ਬਾਰੇ ਨਹੀਂ ਸਮਝ ਆ ਰਹੀ, ਪਤਾ ਨਹੀਂ ਉਹਨੂੰ ਕੀ ਮਜਬੂਰੀ ਹੈ, ਉਹ ਜਾਣਦੇ ਹੋਣਗੇ। ਫਿਰ ਵੀ ਸਾਡੀ ਉਹਨਾਂ ਨੂੰ ਬੇਨਤੀ ਹੈ ਕਿ ਬਹੁਤ ਹੀ ਜ਼ਿਆਦਾ ਬਜ਼ੁਰਗ ਔਰਤਾਂ ਸਾਡੀਆਂ ਬੀਬੀਆਂ ਮਾਤਾਵਾਂ ਭੈਣ ਭਰਾ ਬੱਚੇ ਵੀ ਰੁਲਦੇ ਫਿਰਦੇ ਆ ਸੜਕਾਂ 'ਤੇ, ਇਹਨਾਂ ਨੂੰ ਬਚਾਉਣ ਵਾਸਤੇ ਇੱਕੋ ਇੱਕ ਚਾਰਾ ਆ ਕੇ ਤਿੰਨ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ,
और जो भी दुनिया के मन के आक्रोश है उन्होंने ठंडा किया जाए, शांति की जाए, ता कि सारे ही लोग साढ़े भैन भरा ठीक ठाक अपने घर आन, अपना घर जो है काम छड़ के दिल्ली के बार्डर ने बैठे आ वो अपना कारोबार कर, किसान लोग होर भी सारे जिन्हें मजदूर लोग सारे ने काम रुकया पाया वा। किसान परेड में लेके की कहना चाहोगे, किस तरह का जोश है जो अज किस तरह जैसा ये जिन्ना भी अब जोश तुम वेख रहे हो लखा के गिनती दे ट्रालिया के जाके असी उस ही दिन 26 जनवरी का जो ट्रैक्टर मार्च है जो परेड है उन्होंने कामयाब बनाने वास्ते जा रहे हैं, क्योंकि साडा भी हक है अं आजादी के दिन मनाइए और एक वक्रे रूप में मनाइए, जोड़ा कि अजे तक किसी ने ना मनाया होगा तो ना कोई गाह मनाएगा, क्योंकि ये लगभग किन्ने सानू आजाद होने साल हो गया, परंतु ये तरीका किसान वीर ने नवा ही बनाया है जो कि ट्रैक्टर ने बैठ के परेड करनी किसी ने वेख्या नहीं हो गया, एक नवा तरीका नवा काम नवी परेड वेखने मिलेगी और सारे बेअंत उत्साह उत्साह है, चाहे वह बच्चा है चाहे वह बुढ़ा है जवान है, बहुत ज़्यादा एक्साइटमेंट है इस चीज़ को उत्थे पहुँचने वास्ते और इस दिन मना वास्ते अपने हक लैन वास्ते सारे ही पूरी तरह एक्साइटमेंट के इनू कोई मठा नहीं पा सकता, क्योंकि पंजाब हरियाणा और सारे स्टेटा के किसान रल के ये कार्रवाई ये काम करते हैं एकता के बाल है, सो बेनती है कि जिनी भी जल्दी इन्होंने कानूनों अगर रद्द किया जाए तो अं आराम अपने घर आइए अपने प्राणा में अपना काम कार करिए, जी उ ठंड के मर रहे हैं बच्चे रोड़े साड़िया बीबिया साड़िया मातावान रोड़िया ना और रोन तो बचन और घर में आके अपने कारोबार में लगन तो सूँ की लड़ है उठा करना है। सो वाहू जी की फतेह जी, अज तकरीबन सवेरे 4 बजे गुरु आप जब गुरद्वारा साहब आए हाँ तो जिते आप जोड़े तारी थे उत्ते सेवादार सेवा कर रहा सी, तो एक लफाफा चिट्टे रंग के उन्हें वेख्या जो चौके वेख्या तो वो सुखनी साहब के गुटका साहब की जी पत्थरे पाड़ के घोर बेद भी की गई सी, तो बाहर एक चिट लाई सी जो एक फतेहगढ़ चूड़िया का मान चिंत पन्नी मंदिर का नाँ लिखा सी, थले लिखा सी मेरा कोई कोई नहीं बिगाड़ सकता, तो दोबारा तो ही सुखनी साहब लियाओगे तो मैं दोबारा फिर इस तरह ही गुटका साहब की बेदबी करांगा, तो उस बाबत सानू बहुत ही बेदबी का जड़ा वा चिंता तो चौकिया सानू कि जी अंगा की बेदबी की गई है, तो साढ़ा जड़ा असी कैमरे जड़े आई चेक कर रहे हैं कि सानू पता लग सके भी ये कौन दुष्ट आ जिन्हें गुटका साहब की इस तरह बेअदबी की आ, तो सू प्रशासन तो पुनजोर ये मंग आ कि दोषी का पता ला के उन्हों कड़ी तो कड़ी जी सज़ा वो जी दी जाए जी। वाहगुरू जी का खालसा वाहगुरू जी। अज गुरद्वारा शहीद बाबा दीप सिंह जी अजनाला विखे एक गुटका साहब की बेअदबी की घटना हुई है, जिसके संबंध में आप FIR रजिस्टर करके और इनू जल्दी जल्दी ट्रेस करने की कोशिश कर रहे हैं, हर एंगल तो इन्वेस्टिगेशन करांगे और जिस भी शरारती अंसर ने ये कारा किया है उसके खिलाफ़ जी जल्दी जल्दी असी कार्रवाई करके उन्होंने गिरफ़्तार कर रहे हैं।